ਹਾਂਜੀ ਬਾਬਿਓ, ਸਵਾਗਤ ਹੈ ਤੁਹਾਡਾ ਆਪਣੇ ਚੈਨਲ 'ਤੇ। ਅੱਜ ਤੁਹਾਨੂੰ ਆਪਾਂ 855 ਵਿਖਾਉਂਦੇ ਹਾਂ ਗੇਮ 'ਚ, ਚਲਾ ਕੇ ਵਿਖਾਵਾਂਗੇ, ਨਾਲ ਇੰਡੀਅਨ ਟਰੋਲੀ ਸਭ ਕੁਛ ਵਿਖਾਵਾਂਗੇ ਤੁਹਾਨੂੰ। ਬਸ ਤੁਸੀਂ ਦੇਖੀ ਚਲੋ, ਇੰਡੀਅਨ ਹਲ ਹੁਲ ਸਭ ਕੁਛ ਦਿਖਾਵਾਂਗੇ ਤੁਹਾਨੂੰ, ਨਾਲੇ ਜ਼ੋਰ ਵੀ ਦੇਖਾਂਗੇ ਕਿੰਨਾ ਕੁ ਜ਼ੋਰ ਹੈ 855 ਵਿੱਚ। ਆਪਾਂ ਤੁਹਾਡੇ ਸਾਹਮਣੇ ਖਰੀਦਾਂਗੇ, ਆਹ ਦੇਖੋ ਨਵਾਂ 855 ਲਿਆ ਆਪਾਂ ਖਰੀਦ। ਇੰਡੀਅਨ ਟਰੋਲੀ, ਬਾਹਰਲੀਆਂ ਟਰੋਲੀਆਂ ਦੇਖ ਸਕਦੇ ਹੋ, ਇਹਦੀ ਸਟੋਰੇਜ 5000 ਹੈ ਕੁਛ ਐਂ, ਅਤੇ ਇੰਡੀਅਨ ਟਰੋਲੀ ਦੇਖ ਸਕਦੇ ਹੋ, ਸਭ ਤੋਂ ਬੜੀ ਟਰੋਲੀ ਇੰਡੀਅਨ ਹੀ ਹੈ। ਇੰਡੀਅਨ ਟਰੋਲੀ ਖਰੀਦੀ ਆਪਾਂ ਨੇ, ਅੱਜ ਆਪਾਂ ਟਰੈਕਟਰ ਦੇ ਨਾਲ ਜ਼ੋਰ ਮਰਾ ਕੇ ਵੇਖਾਂਗੇ। ਆਹ ਇੱਕ ਹੋਰ ਚੀਜ਼ ਚੱਕ ਲਈਏ, ਆਹ ਕੁੰਡਾ ਹੈ, ਤੁਹਾਨੂੰ ਵਿਖਾਵਾਂਗੇ ਇਹਦਾ ਕੀ ਕੰਮ ਹੈ। ਦੇਖ ਸਕਦੇ ਹੋ ਆਪਣਾ 55 ਸਵਰਾਜ 855, ਤੁਸੀਂ ਦੇਖ ਸਕਦੇ ਹੋ 5-star ਟਰੈਕਟਰ ਹੈ, 4x4 ਹੈ। ਤੁਹਾਨੂੰ ਦਿਖਾਉਂਦੇ ਹਾਂ ਆਪਾਂ ਇਹਦਾ ਜ਼ੋਰ ਜ਼ੋਰ ਕਰਾ ਕੇ, ਜਿਹੜਾ ਬੈਕ ਗੇਅਰ 'ਚ ਮਾੜਾ ਮੋਟਾ ਅਟਕ ਜਾਂਦਾ, ਪਰ ਅੱਗੇ ਨੂੰ ਜਾਣ 'ਚ ਤੁਹਾਨੂੰ ਪਤਾ ਹੈ 55 ਤਾਂ 55 ਹੁੰਦੇ ਨੇ। ਆਪਾਂ ਵਾਲੀ ਇੱਕ ਮਿੰਟ ਚੱਲਦੀ, ਆਪਾਂ ਟਰਾਲੀ ਪਾ ਕੇ ਦਿਖਾਉਂਦੇ ਹਾਂ। ਤੁਹਾਨੂੰ ਦਿਖਾਉਂਦੇ ਹਾਂ ਕੀ ਕੰਮ ਹੁੰਦਾ, ਆਹ ਦੇਖੋ ਲੈਫਟ ਗੇਅਰ ਲਈ ਆਪਾਂ ਥੱਲੇ ਟਰਾਲੀ ਪਾ ਕੇ ਦਿਖਾਉਂਦੇ ਹਾਂ ਤੁਹਾਨੂੰ। ਇਹ ਤੁਸੀਂ ਦੇਖ ਸਕਦੇ ਹੋ ਅੰਦਰ ਵਾਲੀ ਆਪਾਂ ਟਰਾਲੀ ਬਸ ਚੱਲਦੇ ਹਾਂ ਘਰ ਨੂੰ, ਉੱਥੋਂ ਫਿਰ ਆਪਾਂ ਘਰ ਦੇ ਕਰੇਨ ਸਟੋਰ ਤੋਂ ਲੈ ਕੇ ਕਣਕ ਮੰਡੀ 'ਚ ਸੁੱਟ ਕੇ ਆਵਾਂਗੇ। ਲੱਗ ਜੂ ਪਤਾ ਆਪਣੇ 855 ਵਿੱਚ ਕਿੰਨਾ ਕੁ ਜ਼ੋਰ ਹੈ ਅਤੇ ਕਿੰਨਾ ਕੁ ਜੇ ਇਹ ਹੈਗਾ, ਜਿਹੜੇ 90 horsepower ਦਾ ਟਰੈਕਟਰ ਹੈ। ਗੇਮ 'ਚ ਆਪਣੇ ਕੋਲ 90 horsepower ਦਾ ਹੀ ਹੈ ਬਸ। ਦੇਖ ਸਕਦੇ ਹੋ ਹਲੇ ਟਰਾਲੀ ਪੂਰੀ ਵੀ ਨਹੀਂ ਭਰੀ, ਪਹਿਲਾਂ ਹੀ ਟਰੈਕਟਰ ਖੜ੍ਹਾ ਹੋ ਗਿਆ। ਇਹ ਤਾਂ ਹੋ ਰਿਹਾ ਕਿਉਂਕਿ ਆਪਾਂ ਨੇ ਦੂਜੀ ਉਹ ਪਾਈ ਹੋਈ ਹੈ ਨਾ ਲੈਫਟ ਵਾਲੀ, ਆ ਪਹਿਲਾਂ ਕੱਢ ਕੇ ਆਈਏ ਮਾੜੀ ਜੀ, ਹੁਣ ਦਿਖਾਉਂਦੇ ਹਾਂ ਫਿਰ ਇਹਦਾ ਜ਼ੋਰ। ਆਹ ਦਿੱਤਾ ਕੱਢ ਆਪਾਂ ਕੁੰਡਾ, ਆਹ ਦਿੱਤਾ ਕੱਢ ਤੁਸੀਂ ਦੇਖ ਸਕਦੇ ਹੋ, ਹੁਣ ਆਪਾਂ ਇੱਦਾਂ ਹੀ ਪਾ ਕੇ ਦਿਖਾਵਾਂਗੇ ਤੁਹਾਨੂੰ ਜਿਵੇਂ ਅਸਲ ਟਰਾਲੀ ਪੈਂਦੀ ਹੈ। ਇਹ ਉਵੇਂ ਪਾ ਕੇ ਦੇਖਦੇ ਹਾਂ ਇਹ 'ਚ ਕਿੰਨਾ ਕੁ ਜ਼ੋਰ ਹੈ, ਕਿੱਥੋਂ ਤੱਕ ਖਿੱਚ ਕੇ ਲੈ ਕੇ ਜਾਂਦਾ ਆਪਣਾ ਟਰੈਕਟਰ। ਅਤੇ ਅੱਗੇ ਆਪਾਂ ਭਾਰ ਵੀ ਰਖਾਇਆ ਹੈ, ਪਰ ਭਾਰ ਲੱਗਦਾ ਨਹੀਂ ਗਾ ਕਿ ਖਿੱਚ ਲੇਗਾ, ਪਰ ਇੰਨੀ ਜਾਨ ਹੈ ਨਹੀਂ ਗੀ ਆਪਣੇ ਟਰੈਕਟਰ 'ਚ ਜਿੰਨੀ ਆਪਾਂ ਕਹਿੰਦੇ ਸੀ 855 ਦੀ ਗੇਮ 'ਚ। ਚਲੋ ਕੋਈ ਨਾ, ਦੇਖਦੇ ਹਾਂ ਅੱਗੇ। ਹੁਣ ਆਪਾਂ ਤੁਹਾਨੂੰ ਤੁਸੀਂ ਦੇਖ ਰਹੇ ਹੋ ਕਿ ਇਹ ਤੋਂ ਟਰਾਲੀ ਵਿੱਚੀ ਜਾਣੀ ਪੱਖਾ ਕੰਮ ਹੈ, ਮੈਂ ਹੱਕ ਪਾ ਕੇ ਦੇਖ ਲਈ ਉਹ ਵਾਲੀ ਕਿੰਨੀ ਖਿੱਚੀ ਜਾਂਦੀ ਹੈ, ਹੱਕ ਪਾ ਕੇ ਚਲਾ ਕੇ ਦਿਖਾਉਂਦੇ ਹਾਂ ਤੁਹਾਨੂੰ ਆਪਾਂ। ਲਿਫਟ ਗੇਅਰ ਲਈ ਥੱਲੇ ਟਰਾਲੀ ਪਾ ਕੇ ਦੇਖਦੇ ਹਾਂ ਆਪਣੇ ਟਰੈਕਟਰ ਕਿਵੇਂ ਜਾਂਦਾ। ਟਰਾਲੀ ਦੇਖ ਸਕਦੇ ਹੋ, ਘੋੜੀ ਵੀ ਨਹੀਂ ਲੱਗੀ ਹੈਗੀ ਥੱਲੇ, ਇੰਨਾ ਭਾਰ ਹੈ ਟਰਾਲੀ 'ਚ।
ਟਰੈਕਟਰ ਜ਼ੋਰ ਤੇ ਪੂਰਾ ਲਾਉਂਦਾ ਪਿਆ ਔਰ ਹੁਣ ਆਪਾਂ ਤੁਹਾਨੂੰ ਲਿਫਟ ਚੱਕ ਕੇ ਦਿਖਾਉਂਦੇ ਹਾਂ ਆਪ ਦੇਖ ਸਕਦੇ ਹੋ ਲਿਫਟ ਚੱਕੇ ਤੇ ਬਿਲਕੁਲ ਵੀ ਨਹੀਂ ਚਲਾਉਂਦਾ ਹੈਗਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਹੁਣ ਆਪਾਂ ਤੁਹਾਨੂੰ ਇਹਦੇ ਨਾਲ ਹੜ ਖਿੱਚ ਕੇ ਦਿਖਾਉਂਦੇ ਹਾਂ 855 ਨਾਲ ਆਪਾਂ ਖਰੀਦ ਲਈਏ ਹਲ ਤੁਹਾਨੂੰ ਹਲ ਵੀ ਦਿਖਾਉਂਦੇ ਹਾਂ ਇਹ 'ਚ ਹਲ ਖਰੀਦ ਕੇ ਫਿਰ ਤੁਹਾਨੂੰ ਦਿਖਾਉਂਦੇ ਹਾਂ ਟਰੈਕਟਰ ਕਿਵੇਂ ਚੱਲਦਾ ਹੈ ਹਲ ਪਾ ਲਏ ਜੀ ਆਪਾਂ ਜਾ ਕੇ ਆਵਾਜ਼ ਸੁਣੋ ਤੁਸੀਂ ਟਰੈਕਟਰ ਦੀ ਧੂੰਆਂ ਦੇਖੋ ਮਾਰਦਾ ਟਰੈਕਟਰ ਟਰੈਕਟਰ ਚ ਭਾਰ ਆਪਾਂ ਥੱਲੇ ਅੱਗੇ ਹਲੇ ਭਾਰ ਨਹੀਂ ਰਖਾਇਆ ਜੇ ਭਾਰ ਲਿਖਾ ਲਿਆ ਤਾਂ ਜ਼ੋਰ ਵੀ ਬੁੰਬਾ ਮਾਰਨ ਲੱਗ ਜੂਗਾ ਤੁਹਾਨੂੰ ਦਿਖਾਉਂਦੇ ਹਾਂ ਇੰਡੀਆ ਨੂੰ ਹਲ ਚਲਾ ਕੇ ਇਹਦੇ ਨਾਲ ਉਹ ਖੜੇ ਨੇ ਆਪਣੇ ਹਲ ਬੈਕ ਗੇਟ 'ਚ ਥੋੜ੍ਹਾ ਜਿਹਾ ਹੌਲੀ ਚੱਲਦਾ ਉਹਦੀ ਵੀ ਆਪਾਂ ਕਰਾਂਗੇ ਥੋੜ੍ਹੀ ਦੇਰ 'ਚ ਪ੍ਰੋਬਲਮ ਸੋਲਵ ਕਰ ਦਾਂਗੇ ਹੌਲੀ ਹੌਲੀ ਆਹ ਇੱਕ ਗੱਲ ਹੋਰ ਦੱਸ ਦਈਏ ਜਿਹੜੀ ਇਹ ਲੱਗੀ ਹੋਈ ਆ ਆਪਣੀ ਲਿਫਟ ਚੱਕਣ ਵਾਲੀ ਇਹਦੇ ਨਾਲ ਇਹ ਹਲ ਨਹੀਂ ਖਿੱਚਦਾ ਹੈਗਾ ਜੀ ਆਪਾਂ ਹੁਣ ਤੁਹਾਨੂੰ ਪਾ ਕੇ ਖੇਤਾਂ 'ਚ ਲਿਜਾ ਕੇ ਚਲਾ ਕੇ ਦਿਖਾਵਾਂਗੇ ਇਹਨੂੰ ਦੇਖਦੇ ਹਾਂ ਟਰਾਲੀ 'ਤੇ ਚਲੋ ਵੱਡੀ ਸੀ ਟਰਾਲੀ 'ਤੇ ਤਾਂ ਨਹੀਂ ਖਿੱਚ ਸਕਿਆ ਇਹ ਉਹ ਦੇਖਦੇ ਹਾਂ ਆਪਾਂ ਹੁਣ ਕਿੰਨਾ ਕੁ ਖਿੱਚਦਾ ਕਿੰਨੇ ਕਿਵੇਂ ਨਹੀਂ ਦੇਖਦੇ ਵੀ ਜ਼ੋਰ ਅਜਮਾਇਸ਼ ਕਰਕੇ ਦਿਖਾਵਾਂਗੇ ਤੁਹਾਨੂੰ ਆਰਮੀ ਕੋਲ ਵੀ ਇਹ ਟਰੈਕਟਰ ਹੈ ਜੇ ਤੁਹਾਨੂੰ ਪਤਾ ਹੋਵੇ ਤਾਂ ਇਨਫੋਰਮੇਸ਼ਨ ਤੁਹਾਨੂੰ ਮਿਲੀ ਹੋਵੇਗੀ ਜਦੋਂ ਆਪਾਂ ਤੁਹਾਨੂੰ ਵਾਹ ਕੇ ਦਿਖਾਉਂਦੇ ਹਾਂ ਖੇਤ ਅੱਜ ਤੋਂ ਬਾਅਦ ਬੀਜੀ ਹੋਈ 'ਚ ਵਾਹ ਕੇ ਦਿਖਾਉਂਦੇ ਤੁਹਾਨੂੰ ਬੀਜਿਆ ਹੋਇਆ ਵਾਹਣ ਬੀਜੀ ਹੋਈ ਹੈ ਕਣਕ ਇੱਥੇ ਤੁਹਾਨੂੰ ਆਹ ਵਾਹ ਕੇ ਦਿਖਾਉਂਦੇ ਹਾਂ ਤੁਸੀਂ ਆਪ ਵੀ ਦੇਖ ਸਕਦੇ ਮੈਂ ਤੁਹਾਨੂੰ ਬਿਲਕੁਲ ਸਲੋ ਬਿਲਕੁਲ ਤੇਜ਼ ਚੱਲਦਾ ਪਿਆ ਦੇਖ ਸਕਦੇ ਪੂਰੀ ਸਲੋ ਬਿਲਕੁਲ ਵੀ ਲੋਡ 'ਚ ਨਹੀਂ ਗਾ ਟਰੈਕਟਰ ਤੁਸੀਂ ਦੇਖ ਸਕਦੇ ਮੈਂ ਤੁਹਾਨੂੰ ਥੱਲੇ ਲਾ ਕੇ ਹਲ ਆਪਾਂ ਤਾਂ ਵੀ ਦੇਖੋ ਕੋਈ ਰਾਤ ਨਹੀਂ ਕੋਈ ਕੁਛ ਨਹੀਂ ਟਰੈਕਟਰ ਨੇ ਹਨੇਰੀਆਂ ਪਹਿਲੇ ਰੱਖੀਆਂ ਨੇ ਤੁਸੀਂ ਦੇਖ ਸਕਦੇ ਹੋ ਆਪਾਂ ਤੁਹਾਨੂੰ ਵਿੱਚੋਂ ਵਿੱਚ ਵੀ ਚਲਾ ਕੇ ਦਿਖਾਉਂਦੇ ਹਾਂ ਵਾਹੀ ਦਿਖਾ ਸਕਦੇ ਹਾਂ ਆਪਾਂ ਤੁਹਾਨੂੰ ਜੇ ਤੁਸੀਂ ਰੂਟਾਵੀਟਰ ਦਾ ਮੋਡ ਦੇਖਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਤੁਹਾਨੂੰ ਆਪਾਂ ਰੂਟਾਵੀਟਰ ਵੀ ਦਿਖਾਵਾਂਗੇ ਅਤੇ ਜਿਹੜਾ ਪਲਟਾ ਪਲਾਓ ਹੁੰਦਾ ਉਹ ਵੀ ਤੁਹਾਨੂੰ ਚਲਾ ਕੇ ਦਿਖਾਉਂਗੇ ਟਰੈਕਟਰ ਨੂੰ ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਕਿੰਨੇ ਆਰਾਮ ਨਾਲ ਚੱਲਦਾ ਪਿਆ ਟਰੈਕਟਰ ਦੇਖ ਸਕਦੇ ਹੋ ਮੀਟਰ ਵੀ ਇਹਨਾਂ ਕੰਮ ਕਰਦੇ ਨੇ 55 ਜੀ ਹੋਇਆ 855 ਦੇਖ ਸਕਦੇ ਹੋ ਆਹ ਦੇਖੋ ਪਾਪੇ ਕਿਵੇਂ ਚੱਲਦਾ ਪਿਆ ਹਨੇਰੀਆਂ ਫਿਰ ਰੱਖੀਆਂ ਅਤੇ ਅੱਜ ਵਾਸਤੇ ਚੱਲ ਇੰਨਾ ਹੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰਿਓ